ਆਹ ਆਹ ਉਹ ਮੈਂ ਵੀ ਕਰਗਾ ਮੇਰੇ ਤੋਂ ਹੋਣਾ ਨਹੀਂ ਥੈਂਕ ਯੂ ਸੋ ਮਚ ਭਾਈ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸੁੰਦਾਸੀ ਜੀ ਇਸ ਵਕਤ ਅਸੀਂ ਭੰਗੜਾ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਭੰਗੜਾ ਪਾਲਣ ਦੀ ਟੀਮ ਮੇਰੇ ਨਾਲ ਮੌਜੂਦ ਠੰਡ ਦੇ ਵਿੱਚ ਪੂਰਾ ਭੰਗੜਾ ਪਾ ਕੇ ਸਨੀ ਕੌਸ਼ਲ ਦੇ ਰੁਖ ਸਾਥ ਆ ਰਹੇ ਵੈਲਕਮ ਟੂ ਏ ਬੀ ਪੀ ਥੈਂਕ ਯੂ ਸੋ ਮਚ ਬਹੁਤ ਵਧੀਆ ਮੈਂ ਹੀ ਕਹਿ ਰਿਹਾ ਹੈ ਨਾ ਪੂਰਾ ਭੰਗੜਾ ਪਾ ਕੇ ਅੱਜ ਇੱਥੇ ਇੰਨੀ ਠੰਡ ਹੈਗੀ ਹੈ ਲੇਕਿਨ ਇਹਨਾਂ ਦੋਹਾਂ ਨੇ ਆ ਕੇ ਫੁੱਲ ਔਨ ਭੰਗੜਾ ਪਾਇਆ ਅਤੇ ਚੰਡੀਗੜ੍ਹ ਭੰਗੜਾ ਕਲੱਬ ਦਾ ਥੈਂਕ ਯੂ ਜਿਹਨੇ ਆ ਸਾਡੇ ਨਾਲ ਐਂਡ ਫੁੱਲ ਔਨ ਭੰਗੜਾ ਪਾ ਕੇ ਸਾਨੂੰ ਦੱਸਿਆ ਕਿ ਕਿੰਨਾ ਕੁ ਮਜ਼ਾ ਆਇਆ ਵੈਸੇ ਭੰਗੜਾ ਪਾ ਲਏ ਤੁਹਾਡੀ ਫਿਲਮ ਆ ਰਹੀ ਹੈ ਹਾਂਜੀ ਬਹੁਤ ਜ਼ਿਆਦਾ ਮਜ਼ਾ ਤੁਸੀਂ ਦੇਖ ਲਿਆ ਇੰਨਾ ਕਿ ਭੰਗੜਾ ਪਾ ਕੇ ਇੰਨਾ ਜ਼ਿਆਦਾ ਮਜ਼ਾ ਆ ਗਿਆ ਪੂਰੀ ਫਿਲਮ ਭੰਗੜੇ 'ਤੇ ਕਰਕੇ ਤਾਂ ਮਤਲਬ ਵੈਰੀ ਨਾਈਸ ਵੈਰੀ ਨਾਈਸ ਸਰ ਇਹਨਾਂ ਦੀ ਪੰਜਾਬੀ ਬਹੁਤ ਚੰਗੀ ਹੈ ਮੈਨੂੰ ਪਤਾ ਹੈ ਵਿੱਕੀ ਵਿੱਕੀ ਕੌਸ਼ਲ ਨੂੰ ਬਹੁਤ ਚੰਗੀ ਤਰ੍ਹਾਂ ਪੰਜਾਬੀ ਆਉਂਦੀ ਹੈ ਸਨੀ ਕੌਸ਼ਲ ਨੂੰ ਆਉਂਦੀ ਹੈ ਅਤੇ ਰੁਖਸਾਰ ਨੂੰ ਕਿੰਨੀ ਕੁ ਪੰਜਾਬੀ ਆਉਂਦੀ ਹੈ ਆਉਂਦੀ ਹੈ ਥੋੜ੍ਹੀ ਥੋੜ੍ਹੀ ਪਰ ਦੇਖੋ ਗਾਲਾਂ ਕੱਢ ਲੈਂਦੀ ਆ ਸਿੱਖੀ ਹੋਈ ਹੈ ਜਬ ਬੱਚੇ ਤੇ ਹਮ ਬਾਤ ਕਰਤੇ ਥੇ ਪਰ ਇਤਨੀ ਪ੍ਰੈਕਟਿਸ ਨਹੀਂ ਹੈ ਤੋ ਇਤਨੀ ਵਧੀਆ ਨਹੀਂ ਆਉਂਦੀ ਪਰ ਟਰਾਈ ਕਰ ਸਕਦੇ ਹੋ ਸਨੀ ਹੁਣ ਇੱਕ ਤਰ੍ਹਾਂ ਨਾਲ ਤੁਹਾਡੀ ਸਭ ਤੋਂ ਲਾਈਕ ਫੁੱਲ ਫਲੈਜਡ ਐਂਟਰੀ ਹੈ ਨਾ ਭੰਗੜਾ ਪਾਲੇ ਨਾਲ ਹੋ ਰਹੀ ਹੈ ਫਸਟ ਫਿਲਮ ਹਮੇਸ਼ਾ ਸਪੈਸ਼ਲ ਹੁੰਦੀ ਹੈ ਅਤੇ ਪੰਜਾਬੀ ਤੁਸੀਂ ਦਿਲ ਤੋਂ ਹੈਗੇ ਹੋ ਅਤੇ ਫਸਟ ਫਿਲਮ ਦਾ ਪੰਜਾਬ ਨਾਲ ਪੂਰਾ ਪੂਰਾ ਕਨੈਕਸ਼ਨ ਹੈ ਅਤੇ ਇਹ ਇਸੇ ਕਰਕੇ ਫਿਲਮ ਚੁਣੀ ਸੀ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਕਾਰਨ ਸੀ ਇਸੇ ਫਿਲਮ ਨੂੰ ਕਰਨ ਦਾ ਨਹੀਂ ਯਾਰ ਐਕਚੁਲੀ ਕੀ ਹੈ ਨਾ ਬੀਇੰਗ ਅ ਪੰਜਾਬੀ ਜਿਹੜਾ ਭੰਗੜਾ ਅਤੇ ਸਾਡਾ ਪੰਜਾਬੀ ਕਲਚਰ ਇਟਸ ਬਿਨ ਇਨ ਮਾਈ ਬਲੱਡ ਸਿੰਸ ਆਈ ਵਾਜ਼ ਅ ਕਿਡ ਅਤੇ ਜਦੋਂ ਇਹ ਫਿਲਮ ਆਈ ਮੈਂ ਆਡੀਸ਼ਨ ਕੀਤਾ ਅਤੇ ਇਟ ਵਾਜ਼ ਐਨ ਓਪਰਚੁਨਿਟੀ ਕਿ ਮੈਂ ਨਾ ਦੱਸਾਂ ਲੋਕਾਂ ਨੂੰ ਕਿ ਪੰਜਾਬੀ ਕਲਚਰ ਹੁੰਦਾ ਕੀ ਆ ਹੈ ਨਾ ਪੈਨ ਇੰਡੀਆ ਸੋ ਇਟ ਵਾਜ਼ ਅ ਵੈਰੀ ਪ੍ਰਾਊਡ ਮੂਮੈਂਟ ਮੇਰੇ ਲਈ ਵੀ ਅਤੇ ਵਿਚ ਇਜ਼ ਵਾਈ ਆਈ ਥਿੰਕ ਐਂਡ ਦ ਸਟੋਰੀ ਜਿਹੜੀ ਇਹਦੀ ਹੈਗੀ ਹੈ ਇਟਸ ਨੋਟ ਇਹ ਸਿਰਫ ਡਾਂਸ ਬਾਰੇ ਨਹੀਂ ਹੈ ਇਹ ਪੰਜਾਬੀ ਕਲਚਰ ਭੰਗੜਾ ਕਿੱਦਾਂ ਜਨਰੇਸ਼ਨਸ ਨੂੰ ਜੋੜਦਾ ਆ ਉਹਦੇ ਬਾਰੇ ਹੈ ਇਹ ਸੋ ਇਟਸ ਵੈਰੀ ਯੂਨੀਕ ਇਨ ਦੈਟ ਵੇ ਇੱਕ ਚੀਜ਼ ਹੋਰ ਦੇਖੀ ਮੈਂ ਟ੍ਰੇਲਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਸਮਝ ਆਇਆ ਕਿ ਉਹ ਸਾਰੇ ਕਿਰਦਾਰ ਸਨੀ ਨਿਭਾ ਰਿਹਾ ਜਿਹੜੇ ਸਰਦਾਰ ਵਾਲਾ ਮੁੰਡਾ ਵੀ ਸਨੀ ਹੈ ਕੀ ਹੈ ਉਹ ਮੈਨੂੰ ਦੱਸੋ ਕਿੰਨੇ ਕੁ ਜਿਹੜੇ ਸਾਨੂੰ ਉਹਦੇ ਵਿੱਚ ਦੇਖਣ ਨੂੰ ਮਿਲਣਗੇ ਪੀਰੀਅਡ ਦੋ ਕਿਰਦਾਰ ਮੈਂ ਨਿਭਾ ਰਿਹਾ ਉਸ ਵਿੱਚ ਇੱਕ ਹੈਗਾ ਕਪਤਾਨ ਸਿੰਘ ਦਾ ਜਿਹੜਾ 1940 'ਚ ਬੇਸਡ ਆ ਅਤੇ ਇੱਕ ਹੈਗਾ ਜੱਗੀ ਸਿੰਘ ਦਾ ਜਿਹੜਾ 2019 'ਚ ਆ ਅਤੇ ਜੱਗੀ ਇਜ਼ ਕਪਤਾਨਸ ਗ੍ਰੈਂਡਸਨ ਸੋ ਮੈਂ ਗ੍ਰੈਂਡਫਾਦਰ ਗ੍ਰੈਂਡਸਨ ਦੋਨਾਂ ਦਾ ਕਿਰਦਾਰ ਨਿਭਾ ਰਿਹਾ ਇਹਦੇ 'ਚ ਤੋ ਯਾ ਸੋ ਫਿਲਮ ਕੀਪਸ ਗੋਇੰਗ ਬੈਕ ਐਂਡ ਫੋਰਥ ਇਹਦੇ 'ਚ ਅੱਗੇ ਪਿੱਛੇ ਆਉਂਦੀ ਜਾਂਦੀ ਰਹਿੰਦੀ ਹੈ ਅਤੇ ਉਹੀ ਸਟੋਰੀ ਆ ਕਿ ਕਿੱਦਾਂ ਇਟ ਚੇਂਜਸ ਥਰੂ ਦ ਟਾਈਮ ਇਸ ਦੇ ਵਿੱਚ ਇੱਕ ਚੀਜ਼ ਹੋਰ ਬਹੁਤ ਖਾਸ ਸੀਗੀ ਕਿ ਤੁਸੀਂ ਆਹ ਵੀ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੂੰ ਮਿਸਕਨਸੈਪਸ਼ਨ ਜਿਹੜਾ ਪੰਜਾਬ ਤੋਂ ਬਾਹਰ ਨੂੰ ਲੱਗਦਾ ਕਿ ਕੁੜੀਆਂ ਸਿਰਫ ਗਿੱਧਾ ਪਾਉਂਦੀਆਂ ਨੇ ਕੁੜੀਆਂ ਭੰਗੜਾ ਨਹੀਂ ਪਾਉਂਦੀਆਂ ਅਤੇ ਇਹ ਮਿਸਕਨਸੈਪਸ਼ਨ ਤੋੜਨ ਵਾਸਤੇ ਮੈਂ ਕਹਿੰਦਾ ਤੁਹਾਡਾ ਕਿਰਦਾਰ ਕਾਫੀ ਹੈ ਟ੍ਰੇਲਰ ਦੇ ਵਿੱਚ ਹੀ ਦੱਸਦੀ ਹੈ ਕਿ ਮੈਂ ਨੰਬਰ 1 ਭੰਗੜਾ ਪਲੇਅਰ ਹੋ ਗਿਆ ਹਾਂਜੀ ਤੋ ਜੈਸੇ ਆਪਣੇ ਸਾਨੀ ਨੇ ਬਤਾਇਆ ਕਿ ਪਾਸਟ ਮੇ ਤੋ ਪਾਸਟ ਮੇ ਜ਼ਿਆਦਾ ਵੋ ਬੋਲੀਆਂ ਕਰਦੀ ਥੀ ਗਿੱਧਾ ਪਾਤੀ ਥੀ ਪਰ ਇਸ ਜਨਰੇਸ਼ਨ ਮੇ 2020 ਮੇ ਆਈ ਥਿੰਕ ਕੋਈ ਡਿਫਰੈਂਸ਼ੀਏਸ਼ਨ ਨਹੀਂ ਹੈ ਯੂ ਨੋ ਬੋਇਜ਼ ਜਾਂ ਗਰਲਸ ਕੇ ਬੀਚ ਮੇ ਭੰਗੜਾ ਕੇ ਬੀਚ ਮੇ ਜਸਟ ਅ ਡਾਂਸ ਫਾਰਮ ਔਰ ਆਈ ਥਿੰਕ ਦੋਨੋ ਹੀ ਸਭ ਕਰਤਾ ਹੈ ਤੋ ਬਹੁਤ ਮਜ਼ਾ ਆਇਆ ਯੂ ਨੋ ਲੜਕੇ ਗਿੱਧਾ ਨਹੀਂ ਪਾ ਅੱਜ ਮਲਵਈ ਕਿੱਦਾਂ ਹੁੰਦਾ ਨਾ ਮਲਵਈ ਕਿੱਦਾਂ ਹੁੰਦਾ ਮਲਵਈ ਕਿੱਦਾਂ ਹੁੰਦਾ ਉਹਨਾਂ ਦਾ ਬੱਕਰਾ ਹੁੰਦਾ ਆ ਕਰੈਕਟ ਵੈਸੇ ਮੈਂ ਤੁਹਾਡੀ ਨਾ ਡਾਇਰੈਕਟਰ ਸਾਹਿਬਾ ਨਾਲ ਗੱਲ ਕਰਨਾ ਚਾਹੂੰਗਾ ਸਨੇਹਾ ਇੱਕ ਮੈਂ ਤੁਹਾਨੂੰ ਬੁਲਾਵਾਂ ਇਹਨਾਂ ਦੀ ਜਿਹੜੀ ਡਾਇਰੈਕਟਰ ਸਾਹਿਬ ਉਹਨਾਂ ਨੂੰ ਪੁੱਛਦੇ ਹਾਂ ਕਿ ਆਖਿਰਕਾਰ ਉਹਨਾਂ ਨੇ ਕਿੰਨਾ ਕੁ ਭੰਗੜਾ ਆਪਣੇ ਅੰਦਰ ਵਸਾਇਆ ਹੈ ਹੈ ਨਾ ਹਾਂ ਐਂਟਰੀ ਭੰਗੜੇ ਸੇ ਹੋਗੀ ਐਂਟਰੀ ਭੰਗੜੇ ਸੇ ਹੋਗੀ ਚਲੋ ਦੁਬਾਰਾ ਕਹਿੰਦੇ ਨਾ ਐਕਸ਼ਨ ਦੁਬਾਰਾ ਹੋਗਾ ਸਨੇਹਾ ਕਮ ਅਗੇਨ ਯੈਸ ਯੈਸ ਕਮ ਔਨ ਵੈਰੀ ਨਾਈਸ ਆਜੋ ਇੱਧਰ ਆਜੋ ਅਤੇ ਇਹ ਇਹਨਾਂ ਦੀ ਡਾਇਰੈਕਟਰ ਸਾਹਿਬਾ ਹੈਗੀ ਹੈ ਸਨੇਹਾ ਅਤੇ ਸਨੇਹਾ ਵੈਲਕਮ ਟੂ ਏ ਬੀ ਪੀ ਅਤੇ ਇਹ ਜਾਣਨਾ ਚਾਹੂੰਗਾ ਮੈਂ ਕਿ ਫੀਮੇਲ ਓਰੀਐਂਟਿਡ ਭੰਗੜਾ ਕਰਾਉਣਾ ਇਹ ਤੁਹਾਡੇ ਦਿਮਾਗ 'ਚ ਪਹਿਲਾਂ ਤੋਂ ਸੀਗਾ ਜਾਂ ਫਿਰ ਫਿਲਮ ਲਿਖਦੇ ਹੋਏ ਲੱਗਿਆ ਨਹੀਂ ਇਸ ਨੂੰ ਹਾਈਲਾਈਟ ਕਰਨਾ ਚਾਹੀਦਾ ਜੀ ਐਕਚੁਲੀ ਇਹ ਫਿਲਮ ਧੀਰਜ ਰਤਨ ਸਰ ਨੇ ਲਿਖੀ ਹੈ ਜੋ ਇਹਨਾਂ ਨੇ ਕਾਫੀ ਪੰਜਾਬੀ ਫਿਲਮਾਂ ਲਿਖੀ ਹੈ ਐਂਡ ਸਫਲ ਦੈਟ ਤੋ ਆਈਡੀਆ ਇਹੀ ਥਾ ਕਿ ਜੋ ਲੜਕਾ ਔਰ ਲੜਕੀ ਇੱਕ ਦੂਸਰੇ ਕੋ ਟੱਕਰ ਦੇਤੇ ਹੈ ਵੈਸੀ ਕਹਾਣੀ ਬਤਾਨਾ ਚਾਹ ਰਹੇ ਥੇ ਤੋ ਉਸੀ ਸੇ ਇਹ ਆਈਡੀਆ ਓਰੀਜਿਨੇਟ ਹੁਆ ਕਿ ਮਤਲਬ ਲੜਕੀ ਸੇ ਵੀ ਭੰਗੜਾ ਕਰਾਏਂਗੇ ਔਰ ਕਿਉਂ ਨਾ ਕਰਵਾਇਆ ਆਜ ਤੋ ਸਭ ਲੋਕ ਭੰਗੜਾ ਕਰਤੇ ਹੈ ਯੂ ਨੋ ਤੋ ਵੈਸੇ ਹੀ ਆ ਗਿਆ ਅਰੇ ਵਾਹ ਕੀ ਬਾਤ ਹੈ ਵੈਸੇ ਸਭ ਤੋਂ ਜ਼ਿਆਦਾ ਭੰਗੜਾ ਸਿੱਖਣ ਦੇ ਵਿੱਚ ਤੰਗੀ ਕਿਨੂੰ ਆਈ ਇੱਥੇ ਰੁਕਸ਼ਾਰ ਕੋ ਜ਼ਿਆਦਾ ਟਾਈਮ ਲਗਾ ਹਾਂ ਸਨੀ ਪਹਿਲੇ ਇਸੇ ਕਰਤਾ ਥਾ ਕਾਫੀ ਤੋ ਉਸਕੀ ਪਕੜ ਮੈਂ ਆ ਗਈ ਜਲਦੀ ਬਟ ਰੁਕਸ਼ਾਰ ਕੋ ਜ਼ਿਆਦਾ ਟਾਈਮ ਲਗਾ ਸਭ ਤੋਂ ਮੁਸ਼ਕਿਲ ਸਟੈਪ ਕਿਹੜਾ ਸੀਗਾ ਸਭ ਤੋਂ ਮੁਸ਼ਕਿਲ ਜਿਹੜਾ ਲਾਈਕ ਪਕੜਨ 'ਚ ਬਹੁਤ ਟਾਈਮ ਲੱਗਾ ਕੈਂਚੀ ਹਾਂ ਪਰ ਆਲਸੋ ਵੋ ਫਲੋ ਵਰਕ ਜਿੱਦਾਂ ਹੁੰਦਾ ਹੈ ਵੋ ਆਈ ਥਿੰਕ ਗੋਇੰਗ ਅਪ ਐਂਡ ਵੋ ਡਿਪ
की तरह करके दिखाना देखो यार कितना सपोर्टिंग है गाया थोड़ा वैसे मतलब जैसे सिया ने कहा कि यू नो उनको भांगड़ा की पैटर्न ऑल्सी और इतने टाइम से करते हैं तो डेफिनेटली रियली डिड हेल्प मी बहुत हेल्प किया सनी एक चीज मैं थोड़े तो जानना चाहूंगा कि जब वड्डा भरा पहला एंटर कर चुका होता है हालांकि थोड़े डैड इस इंडस्ट्री तो बिलोंग कर देने बट वो मेन कहने चेहरा नहीं है है ना वो बहुत वड्डा नाम है गे ने बट जब ब्रदर पहला एंटर कर जाता है तो एक ठप्पा लगता है विक्की दा भरा है ना विक्की दा भरा दी फिल्म आ रही है इस टैग दा प्रेशर हैगा या फिर इस टैग नु एज ए प्रिविलेज लेने हो तुसी कुछ भी नहीं ना प्रेशर ना प्रिविलेज अच्छा मैं इस टैग नु ओदा मैं मतलब आई डोंट लुक एट इट इन एनी वे बिकॉज़ इट डजेंट मैटर एट द एंड ऑफ द डे क्योंकि मैनू पता है कि इत्थे आके तुहानू हरेक नू अपनी वर्थ खुद प्रूव करनी पैंदी है ते जो भी सारे कहंदे आ इट्स अ गुड थिंग इट्स अ प्राउड थिंग दैट यू नो ए टैग लग गया है बट ठीक है अपना वर्थ प्रूव करके अगे वधांगे लाइक ते विक्की दा की रिएक्शन सी जब उन्होंने कहा कि हां मैं भंगड़े ते फिल्म कर रहे हां विक्की दा रिएक्शन अच्छा आप दोनों ही बचपन तो डांस च काफी इंटरेस्टेड रहे हैं तो विक्की दा भी सीगा कि यार मैं भी एक फिल्म च ना नचना आ पर कोई मैनू इदां दी फिल्म दिंदा ही नहीं तू इत्थे आके पूरी दी पूरी डांस फिल्म ही लैके जाना पिया ते ओह रिएक्शन सी पर सोचा नहीं कि डांस दे विच उन्होंने स्पेशल एंट्री कराई नो आई थिंक सो वी थॉट अबाउट इट बट आई थिंक होपफुली नाउ प्रमोशंस के टाइम पे आएंगे ऐसे लेके आना चाहिए ਸੀ ਤੁਹਾਡੇ ਦੋਹਾਂ ਦਾ ਭੰਗੜਾ ਦੇਖਣਾ ਬਹੁਤ ਵਧੀਆ ਹਾਂ ਤੇ ਬਟ ਜਿਸ ਤਰ੍ਹਾਂ ਨਾਲ ਹੁਣ ਇੱਕ ਆਪਾਂ ਗੱਲ ਕਰਦੇ ਹਾਂ ਕਿ ਭੰਗੜਾ ਇੱਕ ਬਹੁਤ ਵਧੀਆ ਫਾਰਮ ਹੈਗੀ ਹੈ ਜਦ ਇਸ ਦੇ ਉੱਤੇ ਫਿਲਮ ਬਣਾਉਂਦੇ ਆ ਨਾ ਤਾਂ ਕਿਤੇ ਨਾ ਕਿਤੇ ਇਹ ਵੀ ਡਰ ਹੁੰਦਾ ਹੈ ਕਿ ਕਿਤਨਾ ਇੱਕ ਇਹ ਰੀਜਨ ਦੇ ਉੱਤੇ ਸੈਂਟ੍ਰਿਕ ਹੈਗੀ ਹੈ ਹਾਲਾਂਕਿ ਸਾਡਾ ਜਿਹੜਾ ਮਿਊਜ਼ਿਕ ਹੈ ਪੰਜਾਬੀ ਉਹ ਪਹੁੰਚ ਗਿਆ ਲੇਕਿਨ ਤੁਹਾਨੂੰ ਉਹ ਹੈਗਾ ਮਨ ਦੇ ਵਿੱਚ ਕਿ ਯਾਰ ਭੰਗੜੇ ਤੇ ਫਿਲਮ ਹੈ ਹੋ ਸਕਦਾ ਹੋਰ ਰੀਜਨ ਦੇ ਵਿੱਚ ਇਸ ਨੂੰ ਪਸੰਦ ਨਾ ਕੀਤਾ ਜਾਵੇ ਐਸਾ ਕੁਝ ਡਾਊ ਯਾਰ ਆਈ ਡੋਨਟ ਥਿੰਕ ਸੋ ਬਿਕੋਜ਼ ਭੰਗੜਾ ਇੱਕ ਇਦਾਂ ਦਾ ਡਾਂਸ ਫਾਰਮ ਹੈ ਨਾ ਜਿਹੜਾ ਇਮੋਸ਼ਨ ਤੇ ਚੱਲਦਾ ਤੇ ਉਹ ਇਮੋਸ਼ਨ ਨਾਲ ਲੋਕੀ ਕਨੈਕਟ ਕਰਨਗੇ ਡਾਂਸ ਫਾਰਮ ਜੋ ਵੀ ਹੋਵੇ ਆਪਾਂ ਇੱਥੇ ਅੱਜ ਹਾਲੀਵੁੱਡ ਫਿਲਮਸ ਵੀ ਦੇਖਦੇ ਹਾਂ ਸਾਰੇ ਯੂ ਨੋ ਵੀ ਲਵ ਹਾਲੀਵੁੱਡ ਫਿਲਮਸ ਨੋਟ ਨੈਸੈਸਰੀਲੀ ਵੀ ਅੰਡਰਸਟੈਂਡ ਦ ਕਲਚਰ ਬਟ ਇਟਸ ਜਸਟ ਦ ਇਮੋਸ਼ਨ ਜਿਹੜੇ ਜਿਹਦੇ ਨਾਲ ਲੋਕੀ ਕਨੈਕਟ ਕਰਦੇ ਆ ਐਂਡ ਇਟਸ ਅ ਪੈਨ ਇੰਡੀਆ ਇਮੋਸ਼ਨ ਇਟਸ ਐਨ ਇਮੋਸ਼ਨ ਦ ਫਿਲਮ ਵੋਟ ਜਿਹੜਾ ਆਪਾਂ ਜੋ ਆਪਾਂ ਇਹ 'ਚ ਦੱਸਣ ਦੀ ਕੋਸ਼ਿਸ਼ ਕਰਦੇ ਪਏ ਹਾਂ ਉਹ ਕਿਸੇ ਨਾਲ ਵੀ ਹੋ ਸਕਦਾ ਸੋ ਭੰਗੜਾ ਇਜ਼ ਜਸਟ ਐਨ ਇੰਸਟਰੂਮੈਂਟ ਟੂ ਟਾਈ ਦ ਫਿਲਮ ਟੁਗੈਦਰ ਬਟ ਇਟ ਕੁਡ ਬੀ ਐਨੀਥਿੰਗ ਯੂ ਨੋ ਇਟ ਟਾਕਸ ਅਬਾਊਟ ਲਵ ਇਟ ਟਾਕਸ ਅਬਾਊਟ ਪੈਸ਼ਨ ਜਿਹੜਾ ਤੁਸੀਂ ਕੋਈ ਵੀ ਫੀਲਡ 'ਚ ਤੁਹਾਨੂੰ ਚਾਹੀਦਾ ਉਹ ਕਰਨ ਲਈ ਯੂ ਨੋ ਇਫ ਯੂ ਵਾਂਟ ਟੂ ਬੀ ਦੈਟ ਗੁੱਡ ਇਨ ਐਨੀਥਿੰਗ ਲਵ ਐਂਡ ਪੈਸ਼ਨ ਇਜ਼ ਵਾਟ ਯੂ ਨੀਡ ਐਸੈਂਸ਼ਲੀ ਤੇ ਇੱਕ ਤੁਹਾਡੀ ਫਿਲਮ ਦਾ ਡਾਇਲੋਗ ਹੈ ਜਿਸਦੇ ਵਿੱਚ ਉਹ ਕਹਿੰਦੀ ਹੈ ਕਿ ਮੈਂ ਬੈਸਟ ਭੰਗੜਾ ਹੈ ਨਾ ਡਾਂਸਰ ਹੈਗੀ ਹਾਂ ਅਤੇ ਤੁਸੀਂ ਕਹਿੰਦੇ ਨਹੀਂ ਫੀਮੇਲ ਹੈ ਨਾ ਉਹ ਉਸ ਨਾ ਦੋ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਨਾ ਇਹ ਕਹਿ ਰਹੇ ਕਿ ਤੁਸੀਂ ਬੜਾ ਐਮਫੇਸਾਈਜ਼ ਕਰ ਰਹੇ ਨਹੀਂ ਉਹ ਇੱਕ ਇਹ ਡਿਫਰੈਂਸ ਕਰਨਾ ਕਿੰਨਾ ਕੁ ਜ਼ਰੂਰੀ ਹੈ ਨਹੀਂ ਐਕਚੁਅਲੀ ਉਹਦਾ ਥੋਟ ਇਹ ਸੀਗਾ ਉਸ ਡਾਇਲੋਗ ਦੇ ਪਿੱਛੇ ਕਿ ਆਪਾਂ ਦੋਨੇ ਹੀ ਆਪਣੇ ਹਿਸਾਬ ਨਾਲ ਬੈਸਟ ਭੰਗੜਾ ਡਾਂਸਰ ਹਾਂ ਅਤੇ ਉਹ 'ਚ ਮੈਂ ਮੰਨ ਜਾਂਦਾ ਕਿ ਤੂੰ ਹੈਗੀ ਆ ਬੈਸਟ ਬਟ ਤੂੰ ਬੈਸਟ ਫੀਮੇਲ ਭੰਗੜਾ ਡਾਂਸਰ ਆ ਮੈਂ ਬੈਸਟ ਮੇਲ ਭੰਗੜਾ ਡਾਂਸਰ ਆਪਾਂ ਦੋਨੇ ਹੀ ਬੈਸਟ ਆ ਇਹ ਆ ਬਟ ਲਾਈਕ ਐਨਰਜੀ ਲੈਵਲ ਹੁੰਦਾ ਨਾ ਇੱਕ ਐਕਟਿੰਗ ਜਦ ਆਪਾਂ ਕਰ ਰਹੇ ਹੁੰਦੇ ਹਾਂ ਤਦ ਅਲੱਗ ਮਾਹੌਲ ਹੁੰਦਾ ਬਟ ਜਦ ਭੰਗੜਾ ਕਰਨਾ ਹੈ ਭੰਗੜਾ 2 ਮਿੰਟ ਪਰਫੋਰਮ ਕਰਨ ਤੋਂ ਬਾਅਦ ਐਸੀ ਤੈਸੀ ਹੋ ਜਾਂਦੀ ਹੈ ਹੈ ਨਾ ਅਤੇ ਜਦ ਤੁਸੀਂ ਬਾਰ ਬਾਰ ਪਰਫੋਰਮ ਕਰਨਾ ਸੀ ਕੀ ਮਾਹੌਲ ਸੀਗਾ ਸੈੱਟ ਦਾ ਇਹ ਜਾਣਨਾ ਚਾਹੂੰਗਾ ਕਿਉਂਕਿ ਨੋ ਡਾਊਟ ਮੈਂ ਇਹ ਦੇਖ ਸਕਦਾ ਕਿ ਮੈਨੂੰ 2 ਸਟੈਪ ਕਰਨ ਨੂੰ ਕਹਿ ਰਹੇ ਮੇਰੀ ਤਾਂ ਭੁੱਖ ਨਿਕਲ ਜਾਏ आई थिंक हमें ऑलरेडी प्रिपेयर किया गया था कि इतने यू नो लॉन्ग आवर्स होंगे शूट के तो उस हिसाब से हमारी ट्रेनिंग हो गई थी ताकि हम वो 14 आवर्स डांस कर सकें और सेम एनर्जी लेवल मेंटेन कर सकें मुश्किल था डेफिनेटली पर आई थिंक टीम इतनी यू नो सपोर्टिव थी हमें इतना मोटिवेट करती थी तो आई थिंक पॉजिटिविटी इतनी थी सेट पे तो दैट यूज टू जस्ट कीप अस गोइंग सो या वर्कशॉप सीगियां कितने टाइम दी ट्रेनिंग सीगी इरे वास्ते 4-5 महीने बिफोर वी स्टार्टेड ਦੋਹਾਂ ਨੇ ਤੁਸੀਂ ਪ੍ਰੈਕਟਿਸ ਕੀਤੀ ਉਸ ਤੋਂ ਬਾਅਦ ਸਟੈਮਿਨਾ ਆਪੇ ਬਣ ਗਿਆ ਹੋਣਾ ਬਿਲਕੁਲ ਉਸ ਤੋਂ ਬਾਅਦ ਸਟੈਮਿਨਾ ਫਿਰ ਤਾਂ ਭਾਵੇਂ ਨਾ ਤਾਂ ਬੰਬੇ ਤੋਂ ਨਚਾਉਂਦੇ ਲਿਆਇਓ ਕਰੈਕਟ ਅਤੇ ਮੈਂ ਹੁਣ ਰਿਐਕਸ਼ਨ ਦੀ ਗੱਲ ਕਰਾਂ ਤਾਂ ਤੁਹਾਨੂੰ ਕਿਹੋ ਜਿਹੇ ਰਿਐਕਸ਼ਨ ਮਿਲੇ ਲਾਈਕ ਫੈਮਿਲੀ ਵੱਲੋਂ ਅਤੇ ਨਾਲ ਨਾਲ ਹੁਣ ਆਡੀਅੰਸ ਵੱਲੋਂ ਕਿਹੋ ਜਿਹੇ ਰਿਐਕਸ਼ਨ ਤੁਹਾਨੂੰ ਮਿਲ ਰਹੇ ਨੇ ਤੁਹਾਡੇ ਭੰਗੜੇ ਵਾਸਤੇ ਖਾਸ ਇਹ ਕਾਫੀ ਪੋਜ਼ਿਟਿਵ ਰਿਐਕਸ਼ਨ ਮੈਂ ਐਕਚੁਅਲੀ ਮੇਰੇ ਡੈਡੀ ਨਾਲ ਕੱਲ੍ਹ ਹੀ ਗੱਲ ਹੋਈ ਤਾਂ ਕੱਲ੍ਹ ਸਾਡੇ ਗਾਣਾ ਨਿਕਲਿਆ ਸੀ ਜਿਹੜਾ ਕਪਤਾਨ ਤੇ ਨਿੰਮੋ ਤੇ ਬੇਸਡ ਆ ਰਾਂਝਣ ਅਤੇ ਉਹ 'ਚ ਡੈਡੀ ਨੇ ਦੇਖੀ ਕਿਹਾ ਯਾਰ ਮੈਨੂੰ ਨਹੀਂ ਪਤਾ ਸੀ ਤੂੰ ਇੰਨਾ ਸੋਹਣਾ ਭੰਗੜਾ ਪਾਉਂਦਾ ਮੈਂ ਕਿਹਾ ਜੇ ਮੈਂ ਨਹੀਂ ਪਾਉਂਦਾ ਹੁੰਦਾ ਤਾਂ ਮੈਨੂੰ ਫਿਲਮ ਨਹੀਂ ਮਿਲਣੀ ਸੀ ਇਹ ਅਤੇ ਕੁਆਇਟ ਲੇਟ ਯੂ ਰਿਅਲਾਈਜ਼ਡ ਬਟ ਨਹੀਂ ਐਕਸ਼ਨ ਕਰਨ 'ਚ ਬਹੁਤ ਬਿਜ਼ੀ ਸੀਗੇ ਪਾਪਾ ਐਕਸ਼ਨ ਕਰਨ 'ਚ ਬਿਜ਼ੀ ਸੀਗੇ
नो सो एवरीबडी एट होम ऑलसो दे आर वेरी हैप्पी एंड उही है ना कि पंजाबी कल्चर ਨੂੰ ਅੱਗੇ ਵਧਾਉਣ ਦਾ ਇੱਕ ਮੌਕਾ ਆ ਬਟ ਲੋਕਾਂ ਨਾਲ ਲੋਕਾਂ ਤੋਂ ਵੀ ਕਾਫੀ ਪੋਜ਼ਿਟਿਵ ਰਿਐਕਸ਼ਨਸ ਆਇਆ ਟ੍ਰੇਲਰ ਨੂੰ ਲੈ ਕੇ ਸਾਡਾ ਦੂਜਾ ਟ੍ਰੇਲਰ ਵੀ ਰਿਲੀਜ਼ ਹੋਇਆ ਇੱਕ ਅਤੇ ਗਾਣੇ ਵੀ ਸਾਡੇ ਚਾਰ ਪੰਜ ਫੋਰ ਸੌਂਗਸ ਸਾਡੇ ਅਤੇ ਐਲਬਮ ਨਿਕਲ ਚੁੱਕਾ ਆ ਪੂਰੇ ਦਾ ਪੂਰਾ ਡਿਫਰੈਂਟ ਫਲੈਸ਼ ਪਲੈਟਫਾਰਮ 'ਚ ਯਾਨੀ ਕਿ ਇਹ ਤਾਂ ਹੈਗਾ ਹੈ ਕਿ ਤੁਹਾਡੇ ਮਿਊਜ਼ਿਕ 'ਤੇ ਸਾਰੇ ਭੰਗੜਾ ਜ਼ਰੂਰ ਪਾਉਣਗੇ ਤੁਹਾਡੇ ਭੰਗੜੇ ਦਾ ਰਿਵਿਊ ਨਾ ਆਪਾਂ ਹੁਣ ਆਪਣੇ ਚੰਡੀਗੜ੍ਹ ਭੰਗੜਾ ਕਲੱਬ ਵਾਲਿਆਂ ਤੋਂ ਰਹਿੰਦੇ ਹਾਂ ਉਹਨਾਂ ਨੂੰ ਬੁਲਾਉਂਦੇ ਹਾਂ ਆਓ ਭਾਜੀ ਇਹ ਹੀ ਸੀਗੇ ਸਾਡੇ ਜਿਨ੍ਹਾਂ ਨੇ ਸਾਡੇ ਨਾਲ ਭੰਗੜਾ ਪਾਇਆ ਪਹਿਲਾਂ ਤੁਹਾਡੇ ਸਾਰਿਆਂ ਲਈ ਬਹੁਤ ਸਾਰੀਆਂ ਤਾੜੀਆਂ ਦਿਲ ਤੋਂ ਬਹੁਤ ਸੋਹਣਾ ਮੇਰਾ ਨਾਮ ਇਸ਼ਪ੍ਰੀਤ ਮਾਈ ਨੇਮ ਇਜ਼ ਇਸ਼ਪ੍ਰੀਤ ਐਂਡ ਵੀ ਆਰ ਫਰੋਮ ਚੰਡੀਗੜ੍ਹ ਭੰਗੜਾ ਕਲੱਬ ਸੋ ਵਨ ਆਫ ਦਾ ਫਾਈਨੈਸਟ ਭੰਗੜਾ ਅਕੈਡਮੀ ਬਿਗੈਸਟ ਭੰਗੜਾ ਅਕੈਡਮੀ ਚੰਡੀਗੜ੍ਹ ਐਂਡ ਵੀ ਯੂਜ਼ ਟੂ ਪਾਰਟੀਸਪੇਟ ਇਨ ਇੰਟਰਨੈਸ਼ਨਲ ਐਂਡ ਨੈਸ਼ਨਲ ਇੱਦਾਂ ਹੁੰਦੇ ਆ ਪੰਜਾਬੀ ਮੈਂ ਕਿਹਾ ਭਾਅ ਜੀ ਇੰਟਰੋਡਕਸ਼ਨ ਭਾਈ ਨੇ ਮੇਰੀ ਤਾਰੀਫ਼ ਕਰ ਲਈ ਸਨੀ ਦਾ ਭੰਗੜਾ ਕੈਸਾ ਲੱਗਿਆ ਤੁਹਾਨੂੰ ਟ੍ਰੇਲਰ ਮੈਂ ਸੱਚੀ ਦੱਸਾਂ ਲਾਸਟ ਵੀਕ ਮੈਂ ਟ੍ਰੇਲਰ ਦੇਖਿਆ ਅਤੇ ਆਈ ਥਿੰਕ ਦਿਸ ਇਜ਼ ਵਨ ਆਫ ਦਾ ਬੈਸਟ ਐਕਟਰ ਇਨ ਬਾਲੀਵੁੱਡ ਜੋ ਓਥੈਂਟਿਕ ਰੀਅਲ ਆਈ ਮੀਨ ਟੂ ਸੇ ਰੀਅਲ ਫੋਕ ਭੰਗੜਾ ਜੋ ਕੀਤਾ ਮਤਲਬ ਫਸਟ ਮੈਂ ਕਹਾਂ ਸਨੀ ਜਿਹੜੇ ਹੈਗੇ ਉਹਨਾਂ ਨੇ ਕੀਤਾ ਫਸਟ ਮਤਲਬ ਜੋ ਪ੍ਰੋਪਰ ਟੈਕਨੀਕ ਆਏ ਆਈ ਐਮ ਵਾਚਿੰਗ ਹਿਸ ਟੈਕਨੀਕ ਮਤਲਬ ਪ੍ਰੋਪਰ ਬੈਠਕਾਂ ਜੋ ਵੀ ਪ੍ਰੋਪਰ ਸਟੈਪ ਸੀਗੇ ਸਾਰੇ ਕੰਪਲੀਟ ਬਾਲਟੀ ਲਿਆਓ ਮੈਂ ਪਾਣੀ ਪਾਣੀ ਹੋ ਗਿਆ ਇੱਥੇ ਲਾਈਕ ਭੰਗੜੇ 'ਤੇ ਫਿਲਮ ਬਣ ਰਹੀ ਹੈ ਸਾਨੂੰ ਸਾਰਿਆਂ ਨੂੰ ਬਹੁਤ ਪ੍ਰਾਊਡ ਹੈ ਕਿ ਭੰਗੜੇ ਨੂੰ ਇੰਨਾ ਐਕਸਟੈਂਸਿਵਲੀ ਤੁਸੀਂ ਸਾਰੇ ਪੇਸ਼ ਕਰ ਰਹੇ ਹੋ ਅਤੇ ਮੈਂ ਕਹਿੰਦਾ ਜਾਣ ਤੋਂ ਪਹਿਲਾਂ ਇੱਕ ਵਧੀਆ ਬੋਲੀ ਹੋ ਜਾਵੇ ਅਤੇ ਸਾਰੇ ਰਲ ਕੇ ਹੈ ਨਾ ਬੋਲੀ ਮਾਸਟਰ ਹਰਮੀਤ ਸਿੰਘ ਚਲੋ ਹਰਮੀਤ ਸਿੰਘ ਜੀ ਆ ਜਾਓ ਤੁਹਾਡੀ ਗਿੱਧੇ ਵਾਲੀ ਬੋਲੀ ਹੋਏਗੀ ਫਿਰ ਬੋਲੀਆਂ ਨਹੀਂ ਬੋਲੀ ਪਾ ਕੇ ਵੀ ਵਿਲ ਕੰਟੀਨਿਊ ਗਿੱਧਾ ਪਾਵਾਂਗੇ ਆਪਾਂ ਠੀਕ ਹੈ ਜੀ ਚਲੋ ਜੀ ਆਣ ਦਿਓ ਜੀ ਪਹਿਲਾ ਨਾਂ ਸਤਿਗੁਰ ਦਾ ਲਈਏ ਜਿਸਨੇ ਜਗਤ ਬਣਾਇਆ ਵੀ ਭਾਂਤ ਭਾਂਤ ਦੇ ਫੁੱਲ ਖੜਾ ਕੇ ਹੋ ਭਾਂਤ ਭਾਂਤ ਦੇ ਫੁੱਲ ਖੜਾ ਕੇ ਸੋਹਣਾ ਬਾਗ ਸਜਾਇਆ ਵੀ ਕਦੇ ਕਿਸੇ ਦੀ ਕਹੀ ਨੀ ਕਰਦਾ ਹੋ ਕਦੇ ਕਿਸੇ ਦੀ ਕਹੀ ਨੀ ਕਰਦਾ ਕਰਦਾ ਜੋ ਮਨ ਆਇਆ ਗਿੱਧਾ ਪਾ ਮੁੰਡਿਓ ਸਿਰ ਸਤਿਗੁਰ ਦੀ ਛਾਇਆ ਗਿੱਧਾ ਪਾ ਮੁੰਡਿਓ ਸਿਰ ਸਤਿਗੁਰ ਦੀ ਛਾਇਆ ਗਿੱਧਾ ਪਾ ਮੁੰਡਿਓ ਇੱਕ ਗੱਲ ਮੈਂ ਕਹਿ ਸਕਦਾ ਫੋਰ ਸ਼ੋਰ ਕਿ ਇੱਥੇ ਦੇ ਜਿਹੜੇ ਸਨੀ ਹੈਗੇ ਨੇ ਨਾ ਉਹਨਾਂ ਨੂੰ ਗਿੱਧਾ ਵੀ ਬਹੁਤ ਸੋਹਣਾ ਆਉਂਦਾ ਕਿ ਇੱਕ ਵਾਰ ਆਏ ਜ਼ਰਾ ਕਿਆ ਕਿਆ ਗੇੜਾ ਦਿੱਤਾ ਸੀ ਕਿਤੇ ਉਹ ਦੇਖ ਦੇਖ ਕੇ ਸਿੱਖਿਆ ਮੈਂ ਵੀ ਵਿਸ਼ ਯੂ ਆਲ ਦਾ ਬੈਸਟ ਸਨੇਹਾ ਰੁਖਸਾਰ ਅਤੇ ਤੁਹਾਨੂੰ ਵੀ ਸਨੀ ਕਿ ਤੁਹਾਡੀ ਫਿਲਮ ਨੂੰ ਬਹੁਤ ਸਾਰਾ ਪਿਆਰ ਮਿਲੇ ਦੇਖੋ ਜਿਹੜੇ ਵਿਊਅਰਸ ਨੇ ਉਹਨਾਂ ਵੱਲੋਂ ਵੀ ਤੁਹਾਨੂੰ ਅਸੀਂ ਲਾਈਵ ਰਿਐਕਸ਼ਨ ਲੈ ਦਿੱਤਾ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਭੰਗੜਾ ਦਰਸ਼ਕ ਸਿਨੇਮਾ ਘਰਾਂ ਦੇ ਵਿੱਚ ਵੀ ਜ਼ਰੂਰ ਦੇਖਣ ਥੈਂਕ ਯੂ ਆਪਾਂ ਇਹੀ ਕਹਿਣਾ ਚਾਹਾਂਗੇ ਕਿ ਆ ਜਾਓ ਆਪਾਂ ਇਹ ਤੁਸੀਂ ਵੀ ਕਹਿ ਦਿਓ ਨਾ ਸਾਡੀ ਫਿਲਮ ਦੇਖਣ ਨੂੰ ਪਹਿਲੀ ਵਾਰ ਬੋਲੀਵੁੱਡ ਪ੍ਰੋਪਰ ਰੀਅਲ ਭੰਗੜੇ ਫਿਲਮ ਆ ਰਹੀ ਸਾਰੇ ਪੰਜਾਬ ਸਾਰੇ ਨੌਰਥ ਇੰਡੀਆ ਸਾਊਥ ਇੰਡੀਆ ਸਾਰੇ ਇੰਡੀਆ ਕੈਨੇਡਾ ਜਿੱਥੇ ਵੀ ਪੰਜਾਬੀ ਵੱਸਦੇ ਨੇ ਉਹ ਤਾਂ ਦੇਖਣਾ ਅਤੇ ਨੌਨ ਪੰਜਾਬੀ ਸਾਰਿਆਂ ਨੇ ਦੇਖਣੀ ਮੂਵੀ ਕਿਆ ਬਾਤ ਹੈ 3 ਜਨਵਰੀ 2020 3 ਜਨਵਰੀ 2020 ਸਾਡੀ ਫਿਲਮ ਆ ਰਹੀ ਆ ਭੰਗੜਾ ਪਾ ਲੈ ਸੋ ਪਲੀਜ਼ 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 ਗੋ ਐਂਡ ਵਾਚ ਫਿਲਹਾਲ ਅਸੀਂ ਭੰਗੜਾ ਪਾ ਲੈ ਦੀ ਟੀਮ ਅਤੇ ਇਹਨਾਂ ਜਿਹੜੀ ਫਿਲਮ ਹੈਗੀ ਉਹ 3 ਜਨਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਆਏਗੀ ਹੁਣ ਇਹ ਭੰਗੜਾ ਦਰਸ਼ਕਾਂ ਨੂੰ ਕਿੰਨਾ ਕੁ ਭੰਗੜਾ ਪਵਾਉਂਦਾ ਉਹ ਤਾਂ ਰਿਲੀਜ਼ ਹੋਣ ਤੋਂ ਬਾਅਦ ਹੀ ਪਿੱਛੇ ਚੱਲੇਗਾ ਸਾਡੇ ਵੱਲੋਂ ਟੀਮ ਨੂੰ ਆਲ ਦਾ ਬੈਸਟ ਕੈਮਰਾਮੈਨ ਸੰਦੀਪ ਦੇ ਨਾਲ ਭਵਨੀਤ ਕੌਸ਼ਲ ਵੀ ਪਸੰਦ ਆ ਚੰਡੀਗੜ੍ਹ